ਚਰਨਾ ਕੂਚ ਰਹਿਣ ਸਿਰ ਨਾਹੀਂ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ। ਜਿਹੜਾ ਰਹਾਉ ਦੀ ਪੰਕਤੀ ਹੁੰਦੀ ਸ਼ਬਦ ਵਿੱਚ ਕੋਈ ਦੱਸ ਸਕਦਾ ਰਹਾਉ ਦਾ ਮਤਲਬ ਕੀ ਹੁੰਦਾ ਹੈ? ਜਦੋਂ ਇੱਕ ਸ਼ਬਦ ਸਾਰੇ ਸ਼ਬਦ ਰਹਾਉ ਹੁੰਦਾ ਨਾ, ਰਹਾਉ ਦਾ ਕੀ ਮੀਨਿੰਗ ਹੁੰਦਾ? ਰਹਾਉ ਕਿਉਂ, ਰਹਾਉ ਦੀ ਪੰਕਤੀ ਦਾ ਕੀ ਖਾਸ ਗੱਲ ਹੁੰਦੀ? ਹਾਂਜੀ, ਇਹਦਾ ਮਤਲਬ ਕੀ, ਠਹਿਰ ਦਾ ਮਤਲਬ ਕੀ ਹੈ ਵੀ ਉਸ ਪੰਕਤੀ ਨੂੰ ਕੀ ਕਰਨਾ ਆਪਾਂ, ਉਸ ਪੰਕਤੀ ਨੂੰ ਕੀ ਕਰ। ਜੋ ਰਹਾਉ ਦੀ ਪੰਕਤੀ ਹੁੰਦੀ ਆ ਇਸ ਸ਼ਬਦ ਦੇ ਵਿੱਚ, ਉਹਦੀ ਕੀ ਇੰਪੋਰਟੈਂਸ ਹੈ? ਠਹਿਰਾਓ ਤਾਂ ਸਮਝ ਗਏ, ਰਹਾਉ ਦਾ ਮਤਲਬ ਠਹਿਰਾਓ ਹੋ ਗਿਆ, ਉਸ ਪੰਕਤੀ ਦੀ ਇੰਪੋਰਟੈਂਸ ਕੀ ਹੈ? ਰਹਾਉ ਦਾ ਮੀਨਿੰਗ ਹੁੰਦਾ ਪੌਜ਼, ਰੁਕ ਜਾਓ, ਠਹਿਰ ਜਾਓ, ਪਰ ਉਸ ਰਹਾਉ ਦੀ ਪੰਕਤੀ ਦਾ ਮੀਨਿੰਗ ਕੀ ਹੁੰਦਾ? ਪੰਕਤੀ ਦਾ ਅਰਥ ਇੰਪੋਰਟੈਂਸ ਕੀ ਹੈ? ਹਾਂਜੀ, ਕੇਂਦਰੀ ਭਾਵ, ਬਿਲਕੁਲ ਸਹੀ ਗੱਲ ਹੈ। ਸੋ ਇਹਦੇ ਜਿਹੜਾ ਰਹਾਉ ਦੀ ਪੰਕਤੀ, ਦੋ ਪਰਪਸ ਹੁੰਦੇ ਨੇ। ਪਹਿਲਾ ਪਰਪਸ ਹੁੰਦਾ ਹੈ ਕਿ ਉਹਦਾ ਸ਼ਬਦ ਦਾ ਸੈਂਟਰਲ ਜੋ ਆਈਡੀਆ ਹੁੰਦਾ ਨਾ, ਕੇਂਦਰੀ ਭਾਵ, ਉਹ ਰਹਾਉ ਦੀ ਪੰਕਤੀ 'ਚ ਹੁੰਦਾ। ਇੱਕ ਹੋਰ ਅਰਥ ਹੁੰਦਾ ਵਾ ਵੀ ਜਦੋਂ ਸ਼ਬਦ ਦਾ ਕੀਰਤਨ ਕਰਨਾ ਹੈ ਨਾ, ਅਤੇ ਮੋਸਟਲੀ ਰਹਾਉ ਦੀ ਪੰਕਤੀ ਯੂਜ ਅਸਥਾਈ ਯੂਜ ਕਰਨੀ ਚਾਹੀਦੀ ਹੈ। ਪਤਾ ਨਾ, ਅਸਥਾਈ ਅਤੇ ਅੰਤਰਾ ਹੁੰਦਾ, ਇੱਕ ਅਸਥਾਈ ਹੁੰਦੀ ਹੈ ਸ਼ਬਦ ਵਿੱਚ ਕੀਰਤਨ ਕਰਦੇ ਹਾਂ, ਇੱਕ ਅੰਤਰਾ ਹੁੰਦਾ। ਜਿਹੜਾ ਸ਼ਬਦ 'ਚ ਆਪਾਂ ਪੰਕਤੀ ਵਾਰ ਵਾਰ ਰਿਪੀਟ ਕਰਦੇ ਹਾਂ ਉਹਨੂੰ ਅਸਥਾਈ ਕਹਿੰਦੇ ਹਾਂ। ਅਤੇ ਜਿੱਦਾਂ ਸ਼ਬਦ ਸੀਗਾ ਹੱਟਦੇ ਹੋ ਦਾਨ ਮੈਂ ਦੱਜੋ, ਵਾਰ ਵਾਰ ਪੜ੍ਹਦੇ ਸੀ ਨਾ, ਤਾਂ ਉਹ ਅਸਥਾਈ ਆ। ਜਿਹੜਾ ਆਪਾਂ ਪਿੱਛੋਂ ਪੈਰਾਗ੍ਰਾਫ ਪੜ੍ਹਦੇ ਉਹ ਅੰਤਰਾ ਹੁੰਦਾ। ਸੋ ਜਿਹੜੀ ਰਹਾਉ ਦੀ ਪੰਕਤੀ ਹੁੰਦੀ ਆ, ਇਹ ਹੁਕਮ ਹੁੰਦਾ ਕਿ ਉਹ ਯੂਜ਼ ਕਰਨੀ ਚਾਹੀਦੀ ਆ। ਜੋ ਸ਼ੀਰ ਸ਼ਬਦ ਕੀਰਤਨ ਕਰਨਾ ਹੈ ਉਹਨੂੰ ਅਸਥਾਈ ਬਣਾਉਣਾ ਚਾਹੀਦਾ। ਹੁਣ ਇਸ ਪੰਕਤੀ ਨੂੰ ਸੋਚ ਕੇ ਜਗਤੂਰ ਸਾਹਿਬ ਕਹਿ ਰਹੇ ਨੇ, ਕਿਆ ਤੂੰ ਸੋਇਆ ਜਾਗ ਆਨਾ, ਕਿਆ ਤੂੰ ਸੋਇਆ ਜਾਗ ਆਨਾ। ਸਾਰੇ ਈਜ਼ੀ ਵਰਡ ਨੇ, ਕਿਆ ਤੂੰ ਸੋਇਆ, ਕਿਉਂ ਤੂੰ ਸੁੱਤਾ, ਜਾਗ ਵੀ ਜਾਗਪਾ, ਆਨਾ ਕੀ ਹੁੰਦਾ ਕੋਈ ਦੱਸਦਾ? ਆਨਾ ਕੀ ਹੁੰਦਾ? ਆਨਾ, ਕਿਆ ਤੂੰ ਸੋਇਆ ਜਾਗ ਆਨਾ। ਵੱਡੇ ਬੱਚੇ ਦੱਸੋ, ਇਹ ਬੈਠੇ ਬੈਠੇ ਦੱਸ ਦਿਓ, ਖੜ੍ਹੇ ਹੁੰਦੇ ਬੈਠੇ ਬੈਠੇ ਦੱਸ ਦਿਓ, ਖੜ੍ਹੇ ਹੁੰਦੇ ਲੋੜ ਨਹੀਂ। ਬੱਚਾ ਕਹਿੰਦੇ, ਬੱਚੇ ਮੈਂ, ਆਪਾਂ ਸਾਰੇ ਬੱਚੇ ਹੈ, ਤੁਹਾਨੂੰ ਖਾਸ ਗੁਰੂ ਸਾਹਿਬ ਤੁਹਾਨੂੰ ਕਿਹਾ, ਤੁਸੀਂ ਸਾਰੇ ਮੈਜੋਰਟੀ ਤੁਸੀਂ ਬੈਠੇ ਹੋ ਅੱਜ ਦੀਵਾਨ ਦੇ ਵਿੱਚ, ਤੁਹਾਨੂੰ ਗੁਰੂ ਸਾਹਿਬ ਨੇ ਕਿਹਾ, ਬੱਚੋ ਕਿਆ ਤੂੰ ਸੋਇਆ ਜਾਗ ਆਨਾ। ਇਹਦਾ ਕੀ ਮਤਲਬ ਹੈ? ਤੁਸੀਂ ਸਾਰੇ ਜਾਗਦੇ ਪਏ ਹੋ, ਅਤੇ ਗੁਰੂ ਸਾਹਿਬ ਕਾਹਦੇ ਤੈਨੂੰ ਕਿਹਾ ਵੀ ਕਿਆ ਤੂੰ ਸੋਇਆ, ਤੁਹਾਡੇ 'ਚ ਸੁੱਤਾ ਸੀ ਕੋਈ? ਲੱਗਦੇ ਸਾਰੇ ਤਾਂ ਜਾਗਦੇ ਸੀਗੇ, ਅਤੇ ਗੁਰੂ ਸਾਹਿਬ ਨੇ ਕਾਹਦੇ ਕਿਹਾ ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਾਗ ਸੱਚ ਕਰ ਜਾਂਦਾ। ਕਿਉਂ ਕਿਹਾ ਗੁਰੂ ਸਾਹਿਬ ਨੇ ਅੱਜ ਤੁਹਾਨੂੰ, ਆਪਾਂ ਨੂੰ ਸਾਰਿਆਂ ਨੂੰ, ਅਸੀਂ ਬੱਚੇ ਗੁਰੂ ਸਾਹਿਬ ਦੇ, ਸਾਨੂੰ ਕਿਉਂ ਕਿਹਾ? ਅਸੀਂ ਤਾਂ ਜਾਗਦੇ ਸੀਗੇ ਇੱਥੇ, ਕਿਆ ਤੂੰ ਸੋਇਆ ਜਾਗ ਆਨਾ, ਸਾਨੂੰ ਗੁਰੂ ਸਾਹਿਬ ਨੇ ਕਾਹਦੇ ਕਿਹਾ, ਕਿਉਂ ਕਿਹਾ? ਕੋਈ ਬੱਚਾ ਦੱਸੋ, ਜਾਗਣ ਦੀ ਲੋੜ ਹੈ ਨਾ? ਇਹ ਨਾ ਦੱਸਿਆ ਕਿ ਗੁਰਸਿੱਖੀ ਵੱਲ ਨੂੰ ਜਾਗਣ ਦੀ ਲੋੜ ਹੈ। ਸੋ ਇਸ ਪਾਸੇ ਸੁੱਤੇ ਪਏ ਆਪਾਂ। ਅਨੰਸ ਦਾ ਪਾਠ ਕੌਣ ਕੌਣ ਕਰਦੇ ਆ? ਜਿਹੜੇ ਬੱਚੇ ਅਨੰਸ ਦਾ ਪਾਠ ਰੋਜ਼ ਕਰਦੇ ਆ, ਖੜਾ ਕਰੋ, ਸਾਰੇ ਕਰਦੇ ਆ। ਸੋ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ 'ਚੋਂ ਬੋਲੂਗਾ ਹੁਣ ਪੰਕਤੀ, 27ਵੀਂ ਪੌੜੀ ਅਨੰਦ ਸਾਹਿਬ ਦੀ, ਸਭ ਤੋਂ ਪਹਿਲਾਂ ਸੁਣਾਓ, ਕੌਣ ਸੁਣਾ ਸਕਦਾ? 27th ਪੌੜੀ, 27ਵੀਂ ਪੌੜੀ ਅਨੰਦ ਸਾਹਿਬ ਦੀ, ਉਹ 'ਚ ਸੌਣ ਦੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਪੰਕਤੀ ਪੌੜੀ ਸੁਣਾਉਣ ਲਈ ਕਿਹਾ। ਕਿਹਨੂੰ ਯਾਦ ਆ 27ਵੀਂ ਪੌੜੀ ਕਿਹੜੀ ਆ ਅਨੰਦ ਸਾਹਿਬ ਦੀ? 27th ਪੌੜੀ, ਤਾਂ ਮੈਂ ਕਲੂ ਦੇਣਾ ਉਹਦਾ, ਉਹਦੇ ਜਿਹੜੀ ਪਹਿਲਾ ਵਰਡ ਆ ਉਸ ਪੌੜੀ ਦਾ, ਉਹ ਸਿਮਰਤ ਹੈ। ਹੁਣ ਸੁਣਾ ਲਓ, ਪਹਿਲਾ ਵਰਡ ਸਿਮਰਤ ਹੈ ਉਹਦਾ, ਉਸ ਪੌੜੀ ਦਾ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ, ਕੋਈ ਪੂਰੀ ਕਰ ਸਕਦਾ ਪੌੜੀ? ਉਹਨੂੰ ਸਿਮਰਤ ਸ਼ਾਸਤਰ ਪੂਰੀ ਕਰ ਦਿਓ। ਉਹਦੀ ਗੱਲ ਕਹਿਤੀ ਉਹ ਵਾਲੀ, ਗੁਰੂ ਸਾਹਿਬ ਬਾਣੀ 'ਚ ਕਹਿ ਰਹੇ ਸੀ ਕਿਆ ਤੂੰ ਸੋਇਆ ਜਾਗ ਆਨਾ, ਠੀਕ ਹੈ ਨਾ? ਹੁਣ ਜਿਹੜੀ ਚੌਥੀ ਤੀਜੀ ਪੰਕਤੀ ਇਸ ਪੌੜੀ ਦੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਨਾ। ਇੱਥੇ ਰਹਿਣ ਦਾ ਮੈਨਾ ਕੀ ਹੁੰਦਾ? ਰਹਿਣ ਕੀ ਹੁੰਦੀ? ਰਾਤ। ਇਹਦੇ ਰਾਤ ਦਾ ਮੈਨੂੰ ਇੱਥੇ ਉਮਰ ਆ। ਕਹਿੰਦੇ ਤਿੰਨਾਂ ਗੁਣਾਂ ਵਿੱਚ, ਤਿੰਨ ਗੁਣ ਕਿਹੜੇ ਆ? ਮਾਇਆ ਸਰੋ ਜੋ ਸਦੋ ਤਮੋ, ਜ਼ਿਆਦਾ ਜੀਵ ਗੱਲ ਹੋ ਜਾਣੀ। ਸੋ ਸਾਰੇ ਲੋਕ ਮਾਇਆ ਵਿੱਚ ਸੁੱਤੇ ਪਏ ਨੇ। ਇੱਥੇ ਜੋ ਗੁਸਾ ਕਹਿੰਦਾ ਕਿਆ ਤੋਂ ਸੋਇਆ ਜਾ ਗਿਆ ਨਾ, ਉਹਦਾ ਮਤਲਬ ਆ ਵੀ ਜਿਹੜਾ ਕੰਮ ਅਸੀਂ ਕਰਨ ਆਏ ਹਾਂ ਇੱਥੇ ਦੁਨੀਆਂ ਵਿੱਚ, ਅਸੀਂ ਉਹ ਕੰਮ ਨਹੀਂ ਕਰ ਰਹੇ ਜਿਹੜਾ ਕੰਮ ਅਸੀਂ ਨਹੀਂ ਸੀ ਕਰਨਾ, ਉਹ ਕੰਮ ਕਰ ਰਹੇ ਹਾਂ। ਕਈ ਜੇ ਆਪਾਂ ਨੂੰ, ਜਦੋਂ ਆਪਾਂ
ਇਹ ਕੋਈ ਗੱਲ ਕਾ ਕੰਮ ਕਰ ਰਹੇ ਹੁੰਦੇ ਆ ਤੇ ਸਾਨੂੰ ਮਾਪੇ ਕਹਿ ਦਿੰਦੇ ਜਾਂ ਟੀਚਰ ਕਹਿ ਦਿੰਦਾ ਤੂੰ ਸੁੱਤੂ ਸੁੱਤਾ ਪਿਆ ਸੀ ਤੇਰਾ ਧਿਆਨ ਕਿੱਥੇ ਸੀ ਤੂੰ ਸੁੱਤਾ ਸੀਗਾ ਇੱਦਾਂ ਕਹਿ ਦਿੰਦੇ ਆ ਨਾ ਇਹਦਾ ਮਤਲਬ ਕੀ ਹੁੰਦਾ ਵੀ ਜਦੋਂ ਆਪਾਂ ਕੋਈ ਐਸਾ ਕੰਮ ਜਿਹੜਾ ਕੰਮ ਆਪਾਂ ਕਰਨਾ ਉਹ ਨਹੀਂ ਕਰ ਰਹੇ ਤੇ ਆਪਾਂ ਉਹ ਕੰਮ ਦੀ ਬਜਾਏ ਹੋਰ ਕੰਮ ਕਰਦੇ ਹੋਈਏ ਤਾਂ ਆਪਾਂ ਨੂੰ ਕਹਿ ਦਿੰਦੇ ਤੂੰ ਸੁੱਤਾ ਹੋਏ ਤੇਰਾ ਧਿਆਨ ਕਿਹੜੇ ਪਾਸੇ ਸੀਗਾ ਇੱਦਾਂ ਕਹਿ ਦਿੰਦੇ ਇੱਦਾਂ ਗੁਰਦੇ ਨੂੰ ਉੱਤੇ ਕਹਿ ਰਹੇ ਨੇ ਕਿਆ ਤੂੰ ਸੋਇਆ ਜਾਗ ਗਿਆ ਨਾ ਉਹ ਤੂੰ ਸੁੱਤਾ ਪਿਆ ਜਿਹੜਾ ਤੂੰ ਕੰਮ ਇੱਥੇ ਕਰਨ ਆਇਆ ਦੁਨੀਆਂ ਨੂੰ ਤੂੰ ਕਰ ਨਹੀਂ ਰਿਹਾ ਕਿਹੜਾ ਕੰਮ ਇੱਥੇ ਕਰਨ ਆਇਆ ਆਪਾਂ ਦੁਨੀਆਂ ਵਿੱਚ ਇਹਦੇ ਵਾਸਤੇ ਰਹਿਰਾ ਸਾਹਿਬ ਦਾ ਨੌਵਾਂ ਸ਼ਬਦ ਪੜ੍ਹੋ ਉਹ ਚੌਦ ਵਿੱਚ ਲਿਖਿਆ ਹੈ ਕਿਹੜਾ ਕੰਮ ਕਰਨਾ ਆਇਆ ਤੁਸੀਂ ਚੌਪਾਈ ਸਾਹਿਬ ਤੋਂ ਪਹਿਲਾ ਸ਼ਬਦ ਜਿਹੜਾ ਰਹਿਰਾ ਸਾਹਿਬ ਦੇ ਵਿੱਚ ਚੌਪਾਈ ਸਾਹਿਬ ਤੋਂ ਪਹਿਲਾ ਸ਼ਬਦ ਪੜ੍ਹੋ ਸ਼ਾਬਾਸ਼ ਇਹਨੇ ਬੱਚਿਆਂ ਨੂੰ ਕੰਠਿਆ ਇਹਦੀ ਪਹਿਲੀ ਪੰਕਤੀ ਕੀ ਕਹਿ ਰਹੀ ਹੈ ਭਈ ਪ੍ਰਾਪਤ ਮਨੁੱਖ ਤੇ ਹੋਰੀਆ ਗੋਬਿੰਦ ਮਿਲਣ ਦੀ ਇਹ ਤੇਰੀ ਸੋ ਤੇਰੀ ਵਾਰੀ ਹੈ ਕਹਿੰਦੇ ਆ ਤੇਰਾ ਚਾਂਸ ਆ ਕਿਉਂਕਿ 84 ਲੱਖ ਜੂਨਾਂ ਭੂਕ ਕੇ ਆਪਾਂ ਇਨਸਾਨ ਬਣੇ ਜਿੱਦਾਂ ਇੱਕ ਇਨਸਾਨ ਹੋ ਗਿਆ ਇੱਕ ਕੁੱਤਾ ਹੋ ਗਿਆ ਬਿੱਲਾ ਹੋ ਗਿਆ ਕੋਤਾ ਹੋ ਗਿਆ ਘੋੜਾ ਇੱਦਾਂ ਦੀਆਂ 84 ਲੱਖ 84 ਲੱਖ ਹੋਰ ਇੱਦਾਂ ਦੀ ਜੂਨੀਆਂ ਨੇ ਉਹ ਭੋਗਣ ਤੋਂ ਬਾਅਦ ਜਿਹੜਾ ਜੀਵ ਆ ਅਸੀਂ ਹਾਂ ਅਸੀਂ ਅੱਜ ਮਨੁੱਖ ਬਣੇ ਇਨਸਾਨ ਬਣੇ ਤਾਂ ਗੁਰੂ ਸਾਹਿਬ ਕਹਿੰਦੇ ਹੁਣ ਇਨਸਾਨ ਬਣ ਕੇ ਤੂੰ ਰੱਬ ਨੂੰ ਮਿਲ ਸਕਦਾ ਭਈ ਪ੍ਰਾਪਤ ਮਨੁੱਖ ਦਿਹੋੜੀ ਆ ਹੁਣ ਤੈਨੂੰ ਮਨੁੱਖਾਂ ਤੇ ਹੀ ਮਿਲ ਗਈ ਆ ਮਨੁੱਖ ਦਿਹੋੜੀ ਆ ਗੋਬਿੰਦ ਮਿਲਣ ਕੀ ਤੇਰੀ ਵਾਰੀ ਆ ਹੁਣ ਤੇਰੀ ਵਾਰੀ ਆ ਤੇਰੀ ਟਰਨ ਹੈ ਹੁਣ ਤੂੰ ਵਾਹਿਗੁਰੂ ਮਿਲਦਾ ਤੇਰਾ ਸਮਾਂ ਹੈ ਹੁਣ ਸਾਨੂੰ ਮਨੁੱਖਾਂ ਜਿਹੜਾ ਤਾਂ ਕਰਕੇ ਮਿਲਿਆ ਸੀ ਕਿ ਅਸੀਂ ਵਾਹਿਗੁਰੂ ਨੂੰ ਮਿਲੀਏ ਅਸੀਂ ਉਹ ਕੰਮ ਘੂਰ ਕਰ ਰਹੇ ਹਾਂ ਤਾਂ ਗੁਰੂ ਸਾਹਿਬ ਬਣ ਕਿਹਾ ਅੱਜ ਕਿਆ ਤੂੰ ਸੋਇਆ ਜਾ ਗਿਆਨਾ ਤੇ ਜੀਵਨ ਜਗ ਸੱਚ ਕਰ ਜਾਂਦਾ ਤੂੰ ਇੱਥੇ ਨੇ ਝੂਠ ਨੂੰ ਸੱਚ ਮੰਨੀ ਬੈਠਾ ਜੋ ਸੱਚ ਆ ਉਹਨੂੰ ਝੂਠ ਮੰਨਦਾ ਉਹਨੂੰ ਮੰਨਦਾ ਹੀ ਨਹੀਂਗਾ ਸੋ ਜਿਹੜਾ ਕੰਮ ਅਸੀਂ ਗੱਲ ਕਿੱਥੇ ਲੈ ਕੇ ਆਉਣੀ ਆ ਆਪਾਂ ਨੂੰ ਜਾਗਣ ਦੀ ਲੋੜ ਆ ਅਤੇ ਜਾਗੀ ਦਾ ਕਿੱਦਾਂ ਆ ਉਸ ਤਾਂ ਹੀ ਬੜੀ ਜਵਾਰ ਬੜੋ ਤੀਹੀ ਗੁਣੀ ਸੰਸਾਰ ਭਰਮ ਸੱਤਾ ਸੁੱਤਿਆ ਰਹਿਣ ਨਿਆਣੀ ਗੁਰ ਕਿਰਪਾ ਤੇ ਹਾਂਜੀ ਇੱਥੇ ਸੇਜਣ ਜਾਗੇ ਜਿਹਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਤੁਸੀਂ ਉਹ ਕੰਮ ਕਰ ਰਹੇ ਸੀ ਬਹੁਤ ਵਧੀਆ ਸੀ ਜਿਹੜੇ ਮੂੰਹੋਂ ਬਾਣੀ ਬੋਲਦੇ ਆ ਨਾ ਜਦੋਂ ਗੁਰਬਾਣੀ ਨੂੰ ਬੋਲਦੇ ਆ ਜਾਂ ਨਾਮ ਨੂੰ ਜਦੋਂ ਬੋਲਦੇ ਆ ਉਦੋਂ ਜਾਗ ਖੁੱਲਦੀ ਹੈ ਇੱਕਦਮ ਜਦੋਂ ਬਹੁਤ ਧਿਆਨ ਨਾਲ ਆਪਾਂ ਨਾਮ ਜਪਾਂਗੇ ਵਾਹਿਗੁਰੂ ਤਾਂ ਆਪਾਂ ਕਰਦੇ ਤੁਸੀਂ ਅੰਮ੍ਰਿਤ ਛਕਿਆ ਸਾਰਿਆਂ ਨੇ ਨਾ ਜੇ ਧਿਆਨ ਨਾਲ ਆਪਾਂ ਨਾਮ ਜਪਦੇ ਹਾਂ ਅਤੇ ਆਪਾਂ ਜਾਂ ਗੁਰਬਾਣੀ ਦਾ ਪਾਠ ਬਹੁਤ ਜ਼ਿਆਦਾ ਧਿਆਨ ਨਾਲ ਸੁਣਦੇ ਧਿਆਨ ਨਾਲ ਮਤਲਬ ਕੀ ਹੁੰਦਾ ਆ ਜਦੋਂ ਆਪਾਂ ਅੱਖਾਂ ਬੰਦ ਕੇ ਪਾਠ ਕਰਨਾ ਹੈ ਨਾ ਅਤੇ ਆਪਾਂ ਪੌੜੀ ਪੜ੍ਹੀ ਕੋਈ ਸਾਡੇ ਮਨ 'ਚ ਹੋਰ ਕੋਈ ਖਿਆਲ ਨਾ ਆਵੇ ਸਾਨੂੰ ਕੇਵਲ ਜਾਂ ਨਾਮ ਸੁਣੇ ਜਾਂ ਸਾਨੂੰ ਗੁਰਬਾਣੀ ਸੁਣੇ ਜੇ ਆਪਾਂ ਇਸ ਦਾ ਧਿਆਨ ਨਾਲ ਪਾਠ ਕਰਾਂਗੇ ਗੁਰਬਾਣੀ ਕਰਾਂ ਦਾ ਪਾਠ ਜਾਂ ਨਾਮ ਜਪਾਂਗੇ ਫਿਰ ਅਸੀਂ ਜਾਗ ਪਾਵਾਂਗੇ ਸਾਨੂੰ ਅਚਾਨਕ ਪਤਾ ਲੱਗ ਜੂ ਅਸੀਂ ਤਾਂ ਸੁੱਤੇ ਪਏ ਸੀਗੇ ਅਚਾਨਕ ਜਾਗ ਖੁੱਲ ਜਾਂਦੀ ਹੈ ਅਚਾਨਕ ਖੁੱਲਦੀ ਹੁੰਦੀ ਵੈਸੇ ਤਾਂ ਉਹ ਕਰਨ ਵਾਸਤੇ ਛੋਟੇ ਬੱਚੇ ਵੀ ਖੁੱਲ ਸਕਦੀ ਹੈ ਸੋ ਬੱਚੇ ਜਾ ਕੇ ਛੇਤੀ ਖੁੱਲ ਜਾਂਦੀ ਹੈ ਵੱਡਿਆਂ ਦੀ ਦੇਖ ਖੁੱਲਦੀ ਹੈ ਕਿ ਛੋਟੇ ਬੱਚੇ ਨੇ ਪਾਪ ਨਹੀਂ ਪਾਪ ਥੋੜ੍ਹੇ ਕੀਤੇ ਹੁੰਦੇ ਵੱਡੇ ਨੇ ਪਾਪ ਜ਼ਿਆਦਾ ਕੀਤੇ ਹੁੰਦੇ ਜਾਗ ਨਹੀਂ ਖੁੱਲਦੀ ਸੋ ਜਿਹੜਾ ਨਾਮ ਜਪਣਾ ਹੈ ਨਾ ਗੁਰਬਾਣੀ ਤਾਂ ਆਪਾਂ ਸਾਰੇ ਪੜ੍ਹ ਸਕਦੇ ਹਾਂ ਜਿਹੜਾ ਮਰਜ਼ੀ ਗੁਰਬਾਣੀ ਦਾ ਪਾਠ ਕਰੇ ਕੋਈ ਮਨਾਈ ਮੁਸਲਮਾਨ ਹਿੰਦੂ ਜਿਹੜਾ ਮਰਜ਼ੀ ਕਰੇ ਉਹ ਗੁਰਬਾਣੀ ਦਾ ਪਾਠ ਕਰ ਸਕਦਾ ਪਰ ਜਿਹੜਾ ਨਾਮ ਜਪਣਾ ਆ ਨਾਮ ਤਾਂ ਆਪਾਂ ਜਪ ਸਕਦੇ ਹਾਂ ਉਦੋਂ ਜਪਣ ਨੂੰ ਮਨਾ ਕੋਈ ਨਹੀਂ ਕਰਦਾ ਜਿਹੜਾ ਮਰਜ਼ੀ ਜਪੇ ਉਹਦਾ ਫਲ ਤਾਂ ਮਿਲਦਾ ਨਾਮ ਜਪਣ ਦਾ ਜੇ ਅਸੀਂ ਉਹਨੂੰ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਕੀ